ਜੇ ਅੱਜ ਬੈਲ ਲਿਆ ਹੁੰਦਾ ਉਹਨਾਂ ਦੀ ਮਾਂ ਭੈਣ ਕਰ ਦੇਣੀ ਸੀ। ਆ ਬਿਠਾ ਦਾ ਸਾਹਿਬ ਜੀ, ਉਹ ਬਾਅਦ ਚੋਂ ਰੈਡੀ ਹੋ ਕੇ ਦਿਖਾਉਣਾ, ਇੰਨਾ ਭੈੜਾ ਰੈਡੀ ਹੁੰਦਾ ਸੌਣ ਲੱਗਾ। ਨਹੀਂ ਯਾਰ, ਐ ਨਾ, ਠੰਡ ਇੰਨੀ ਹੈ ਨਹੀਂ ਕਿ ਜਿੰਨੀ ਕਿ ਮੈਂ ਫੀਲ ਕਰਾਈ ਆ ਨਾ ਵੀਡੀਓ 'ਚ। ਹਿੰਦੀ ਬੋਲ। ਹਾਂਜੀ, ਵੈਲਕਮ ਹੈ ਜੀ ਤੁਹਾਡਾ ਸਾਡੇ ਵਲੌਗ ਦੇ ਵਿੱਚ। ਤੇ ਆਪਾਂ ਸਟਾਰਟ ਕੀਤਾ ਅੱਜ ਦਾ ਵਲੌਗ, ਹਨਾ, ਔਰ ਪੁਰਾਣੇ ਵਲੌਗ ਤੁਸੀਂ ਦੇਖਦੇ ਤਾਂ ਨਹੀਂ ਹੈਗੇ। ਚੱਲ ਕੋਈ ਗੱਲ ਨੀ, ਅੱਜ ਆਪਾਂ ਚੱਲੇ ਆ, ਇਹਨੇ ਗੱਡੀ ਤੇ ਫਿਲਮ ਚੜਵਾਈ ਸੀਗੀ ਤੇ ਉਹ ਥੋੜੀ ਬਬਲਿੰਗ ਜੀ ਆ ਗਈ, ਬਬਲਿੰਗ ਕਾਫੀ ਆ ਗਈ ਯਾਰ, ਕਾਫੀ ਆ ਗਈ। ਹਾਂ, ਚੇਂਜ ਕਰਾ ਕੇ ਲਿਆਉਣਾ ਤੇ ਉਹਨੂੰ ਆਪਾਂ ਕਰਾ ਲਈਏ ਚੇਂਜ, ਸਹੀ ਆ ਨਾ? ਠੀਕ ਆ। ਤੇ ਮੈਂ ਤਾਂ ਪਿਆ ਸੀ, ਇਹ ਮੈਨੂੰ ਲੈ ਕੇ ਚੱਲਿਆ ਨਾਲ ਧੱਕੇ ਨਾਲ, ਤੇ ਆਪਾਂ ਚੱਲਿਆ ਆਪਣਾ ਅੱਜ ਦਾ ਲੋਕਾਂ ਜਿਹੜੇ ਅੱਜ ਕੱਲ ਨੀ ਦਿਖਾਉਂਦੇ ਹੁੰਦੇ, ਸਰਦਾਰ ਮੁੰਡਾ ਵਾ ਆਪਣੇ ਪੰਜਾਬ ਦਾ, ਉਹ ਦਿਖਾਉਂਦਾ ਮੈਂ ਤੁਹਾਨੂੰ ਸਸਤਾ ਐ ਕਰਕੇ ਆ ਪੈਂਟ ਕੋਟ, ਉਹ ਬਾਅਦ ਚੋਂ ਰੈਡੀ ਹੋ ਕੇ ਦਿਖਾਉਂਦਾ, ਇੰਨਾ ਭੈੜਾ ਰੈਡੀ ਹੁੰਦਾ ਸੌਣ ਫੋਟੋ ਮਿਲ ਗਈ ਮੈਂ ਨਾ ਵੀ ਤੂੰ ਉਹਨੂੰ ਕੋਈ ਕਾਪੀ ਨੀ ਕਰੂਗਾ ਦੇਖ ਕੇ ਉਹਦੇ ਕੱਪੜੇ ਸਾਰੇ ਨੂੰ ਫੋਲੋ ਕਰਦੀ ਆ, ਕਰਦੀ ਆ, ਮੈਂ ਨੀ ਕਹਿੰਦਾ ਨਹੀਂ ਕਰਦੀ, ਬਟ ਉਹ ਬਹੁਤ ਭੈੜਾ ਰੈਡੀ ਹੁੰਦਾ। ਤੇ ਚਲੋ ਆਪਦਾ ਆਪਦਾ ਚਲਾਇਆ ਹੋਇਆ ਸਿਸਟਮ, ਆਪਾਂ ਚੱਲੀਏ ਫਿਰ ਹੁਣ ਆਪਾਂ, ਚਲ ਨਾ, ਚਲੋ ਚੱਲਦੇ ਲਓ ਵੇ, ਗੱਡੀਆਂ ਸਾਰੀਆਂ ਚਮਕਾਈਆਂ ਜੇ ਤਾਂ ਬਈ ਦੇਖ, ਜੇ ਤੱਕ ਲੈਣਾ ਕੰਮ ਫਿਰ ਤੈਨੂੰ ਆਦਾ ਜੌਹਰ ਦਿਖਾਉਣਾ ਪੈਣਾ, ਫਿਰ ਹੁਨਰ ਦਿਖਾਉਣਾ ਪੈਣਾ, ਸਹੀ ਆ। ਤੇ ਜੇ ਤੂੰ ਆਹੀ ਥੁੱਕ ਲੁੱਕ ਵਾਲਾ ਕੰਮ ਕਰਨਾ ਤਾਂ ਤੂੰ ਇੱਕ ਵਾਰੀ ਗੱਡੀ ਧਵਾਊ ਬੰਦਾ, ਐਂ ਗੱਡੀ ਚਮਕਾਈਆਂ ਪਈਆਂ ਹੈ, ਹੈਂ ਰਿਮ ਸ਼ਿਮ ਪ੍ਰੋਪਰ, ਕਿਉਂ ਮੰਨਦੇ ਹੋ ਗੱਲ ਨੂੰ? ਆਹ ਚੜਵਾਈ ਸੀ ਬਾਈ ਨੇ ਫਿਲਮ, ਆਹ ਗੱਡੀ ਪੂਰਾ ਆ ਠੀਕ ਆ ਬਾਈ, ਇੰਨੀ ਮੈਂ ਕਹਿੰਦਾ ਹਨਾ ਹੈਗੀ ਆ, ਬਬਲਿੰਗ ਦਾ ਊਂ ਵੀ ਇੱਥੋਂ ਵੀ ਦਿੰਦੀ ਆ। ਚਲੋ ਜੀ ਅੰਦਰ ਬੈਠੀਏ, ਲਾ ਵੀ ਮੱਖਣਾ ਲਾ ਦੇ ਲਾਈਟਾਂ ਅੰਦਰ, ਠੰਡ ਇੰਨੀ ਹੈ ਨਹੀਂ ਕਿ ਜਿੰਨੀ ਕਿ ਮੈਂ ਫੀਲ ਕਰਾਈ ਆ ਨਾ ਵੀਡੀਓ 'ਚ। ਤੇ ਅੰਦਰ ਆਪਣੇ ਏ ਸੀ ਉਸੀ ਚੱਲਦੇ ਰਹਿੰਦੇ ਸਾਰਾ ਕੁਛ, ਤੇ ਅੰਦਰ ਠੰਡ ਪੂਰੀ ਮਾਈਨਸ 'ਚ ਹੁੰਦਾ ਕੰਮ, ਹੈ ਕਿ ਨਹੀਂ? ਤੇ ਚੱਲੀਏ ਫਿਰ, ਪੌੜੀਆਂ ਧਰਵਾ ਲਿਆ ਉੱਤੋਂ ਤੇਜੀ ਮੰਜ਼ਿਲ 'ਚੋਂ, ਮੈਂ ਤਾਂ ਗੋਡੇ ਦੁਖਣ ਲੱਗ ਗਏ, ਤੇ ਦੁਖਣਗੇ ਹਲੇ ਹੋਰ, ਦੇਖੀ ਸਵੇਰੇ ਦੇਖੀ ਜਦੋਂ ਆਪਾਂ ਏ ਸੀ 'ਚ ਬੈਠਣੇ ਜਾ ਕੇ, ਗ੍ਰੀਸ ਜਿਹਾ ਮੁੱਕਿਆ ਹੋਇਆ ਮੇਰਾ ਤਾਂ, ਅੱਧਾ ਬੋਡੀ ਨੇ ਸੱਤਿਆ ਨਾਸ਼ ਤਾਂ ਇੱਥੇ ਏ ਸੀਆਂ ਨੇ ਕੀਤਾ ਹੋਇਆ ਵਾ, ਤੁਹਾਨੂੰ ਤੈਨੂੰ ਮੈਂ ਯਕੀਨ ਦੱਸਾਂ, ਏ ਸੀ ਕਰ ਦਿੰਦਾ ਬਲੱਡ ਦਾ ਸਰਕਲ ਸਲੋ, ਉਹ ਕਰ ਦਿੰਦਾ ਜਾਮ, ਤੇ ਫਿਰ ਇੱਥੇ ਪ੍ਰੋਬਲਮ ਆਉਣ ਲੱਗ ਜਾਂਦੀ ਗੋਡਿਆਂ 'ਚ, ਜਿਹਦਾ ਤਾਂ ਵਜ਼ਨ ਜ਼ਿਆਦਾ ਸਾਡੇ ਵਾਂਗੂ, ਉਹਦੇ ਫਿਰ ਗੋਡੇ ਵੀ ਤਕੜੇ ਚਾਹੀਦੇ ਆ, ਠੀਕ ਆ ਨਾ? ਤਾਂ ਕਰਕੇ ਉਹੋ ਜਿਹੀ ਖੁਰਾਕ ਵੀ ਚਾਹੀਦੀ ਆ, ਫਿਰ ਐਕਸਰਸਾਈਜ਼ ਵੀ ਚਾਹੀਦੀ, ਜਿਹੜੀ ਕਿ ਇੱਥੇ ਟਾਈਮ ਨਹੀਂ ਮਿਲਦਾ ਬੰਦੇ ਨੂੰ, ਟਾਈਮ ਤਾਂ ਹੁਣ ਤਾਂ ਕੱਢ ਕੇ ਰਾਜੀ ਨਹੀਂ ਬੰਦੇ, ਇੱਥੇ ਬੰਦੇ ਵੀ ਚੱਲ ਦੋ ਘੜੀ ਰੈਸਟ ਕਰ ਲਈਏ ਉਹੀ, ਹੈ ਕਿ ਨਹੀਂ? ਚੱਲ ਵੀ ਨਿਕਲ ਹੋਊਗੀ ਗਰਮ, ਅੱਜ ਕੱਲ੍ਹ ਕੌਣ ਗੱਡੀਆਂ ਗਰਮ ਕਰਦਾ, ਇਹਨਾਂ ਨੂੰ ਮਾਰੋ ਸਿਰ, ਨਹੀਂ ਸਵੇਰੇ ਕਰਨੀ ਪੈਂਦੀ ਜੇ ਤੇ, ਲੇਕਿਨ ਉਹ ਇੱਕ ਮਿੰਟ ਉਹ ਆਉਣੋਂ ਹਟ ਗਿਆ, ਤੈਨੂੰ ਪਤਾ ਅਲਾਰਮ ਕਿਹੜਾ, ਅਲਾਰਮ ਤਿੰਨ ਵਿਸਲ ਨਹੀਂ ਵੱਜਦੀਆਂ ਟੂ ਟੂ ਇੰਜਨ ਚੈੱਕ ਦੀਆਂ, ਉਹ ਨਹੀਂ ਆਉਂਦੀ ਜੀ, ਇੰਜਨ ਚੈੱਕ, ਇੰਜਨ ਚੈੱਕ 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 ਚੈੱਕ। ਚਲੋ ਵੀ ਲੈ ਚੱਲੀਏ, ਇਹਦਾ ਕੰਮ ਕਰਵਾ ਲਈਏ ਫਿਰ ਦੇਖਦੇ ਹਾਂ, ਮਤਲਬ ਕੰਮ ਤਾਂ ਹੁਣ ਤਾਂ ਪੂਰੀ ਗੱਡੀ ਘੋੜੀ ਆ ਇਹ, ਜਮਾ ਹੀ ਕਿਉਂ ਚੜ ਗਿਆ ਚਾਨਣ, ਜਿਵੇਂ ਚਾਨਣ ਤੋਂ ਵੀ ਚਿੱਟਾ। ਚਲੋ ਜੀ, ਓਹ ਧੁੱਪ ਆਏ ਹੋਏ, ਚੱਲ ਵੀ ਚੱਲ ਬਈ ਚੱਲ ਬਈ, ਇੱਧਰ ਦੀ ਪਾ ਲੈਣੀ ਸੀ, ਉੱਥੋਂ ਦੀ ਪਿੱਛੇ ਰਹਿੰਦਾ ਸੀ, ਕਿੱਥੋਂ ਆ ਜਾਣੀ ਆ, ਨਹੀਂ ਨਹੀਂ ਇੱਧਰ ਦੀ ਜਾਣਾ, ਅਕਸਲ ਅਕਸਲ ਕਵਰ ਆ ਗਿਆ ਯਾਰ, ਸਹੀ ਦਾ ਸੀ ਜਗ੍ਹਾ, ਚੱਲ ਕਰਦੇ ਬੰਦ, ਚੱਲ ਫਿਰ ਓਕੇ ਬਾ, ਬਸ
ਆ ਬਿਠਾ ਦਾ ਸਾਹਿਬ ਜੀ ਆ ਯਾਰ ਪੇਂਟਿੰਗ ਵਾਲਾ ਵੀ ਨਾ ਸਾਲਾ ਜੱਪ ਕਰ ਲਈ ਕਾਰ ਨੂੰ ਫਿਲਮ ਕਰਾਉਣੀ ਬੜਾ ਆ ਦੂਜੀ ਜਗ੍ਹਾ ਤੇ ਆਏ ਸੀ ਪਹਿਲੇ ਵਾਲਿਆਂ ਨੇ ਫਾਹਾ ਪੂਰਾ ਵੱਢਿਆ ਉਹਦਾ ਫਿਰ ਸਾਲੇ ਮੁੱਕਰ ਜਾਂਦੇ ਬਬਲਿੰਗ ਸ਼ਬਲਿੰਗ ਪੂਰੀ ਹਾਂ ਬਬਲਿੰਗ ਸ਼ਬਲਿੰਗ ਪੂਰੀ ਫੁੱਲ ਐਨ ਥਰਡ ਕਲਾਸ ਉਹਨਾਂ ਨੇ ਫਿਲਮ ਕੀਤੀ ਵੈਨ ਤਰੀਕੇ ਯਾਰ ਜਾਣ ਕੇ ਇੱਥੇ ਫਰਾਡਗਿਰੀ ਵਾਲੀ ਆ ਹਾਂ ਵਾਲੀ ਜ਼ਿਆਦਾ ਇੱਕ ਮਕੈਨਿਕ ਗਿਰੀ ਚ ਗੱਡੀਆਂ ਦੇ ਮਕੈਨਿਕ ਜਿਹੜੇ ਆਈ ਥਿੰਕ ਸਾਰੇ ਚੀਜ਼ ਫਰਾਡ ਜ਼ਿਆਦਾ ਬੈਠੇ ਆ ਹਾਂ ਦੂਜੇ ਟਾਮੇਟ ਮਤਲਬ ਉਹਨਾਂ ਦਾ ਵਨ ਟਾਈਮ ਕਸਟਮਰ ਹੁੰਦਾ ਵੀ ਇੱਕ ਵਾਰੀ ਆ ਗਿਆ ਤਾਂ ਇਹਨੂੰ ਨਿਚੋੜ ਲਓ ਦੂਜੀ ਵਾਰ ਨਹੀਂ ਬੰਦਾ ਜਾਂਦਾ ਦੂਜੀ ਵਾਰ ਨਹੀਂ ਜਾਂਦਾ ਫਿਰ ਤੇ ਬਾਕੀ ਜਿਹੜਾ ਤੁਹਾਡਾ ਮੂਡ ਖਰਾਬ ਹੁੰਦਾ ਇਸ ਦਾ ਹਨਾ ਤੁਸੀਂ ਤਾਂ ਪੈਸੇ ਲਾਉਂਦੇ ਨਾ ਉਹਦੀ ਹਾਰਡ ਅਰਨ ਮਨੀ ਚਲ ਨੈਕਸਟ ਟਾਈਮ ਥੋੜਾ ਧਿਆਨ ਨਾਲ ਆ ਤੇ ਹੁਣ ਦੂਜੀ ਵਾਰ ਅਸੀਂ ਆਇਆ ਤਾਂ ਇਹਨਾਂ ਬੰਦਿਆਂ ਕੋਲੇ ਲੱਭ ਕੇ ਆਇਆ ਵੀ ਯਾਰ ਉਹਨਾਂ ਕੋਲ ਨਹੀਂ ਜਾਣਾ ਇਹਨਾਂ ਕੋਲ ਆਉਂਦੇ ਹੁਣ ਆਪਣੇ ਆ ਪਾਕਿਸਤਾਨੀ ਬੰਦੇ ਆ ਹੁਣ ਹੋਣਗੇ ਸਹੀ ਕਰਤਾ ਦਿਨ ਖਰਾਬ ਮੇਰਾ ਮੇਰੇ ਨਾਲ ਹੀ ਆ ਮੈਂ ਕਿਹੜਾ ਉਹ ਕਰੀ ਫਿਰਦਾ ਨਹੀਂ ਨਹੀਂ ਤੇਰਾ ਤੂੰ ਤਾਂ ਕਰਾਉਣੀ ਸੀ ਨਾ ਗੱਡੀ ਵੀ ਖਰਾਬ ਹੋ ਗਈ ਆ ਗੱਡੀ ਖਰਾਬ ਗੰਦੀ ਕਰਦੀ ਆ ਬੋਤਲ ਫਟ ਗਈ ਅੰਦਰ ਬੋਤਲ ਬੰਬ ਫਟ ਗਿਆ ਬੰਬ ਫਟ ਗਿਆ ਬੰਬ ਮੈਨੂੰ ਲੱਗਦਾ ਇਹਨੂੰ ਰਬਾਬ ਤੇ ਗੁੱਸਾ ਆਉਣਾ ਇਹਨੇ ਬੋਤਲ ਹੀ ਝਟਕਾ ਤੀ ਆਹ ਬੋਤਲ ਫਟ ਗਈ ਆਹ ਬੋਤਲ ਫਟ ਗਈ ਚੱਕ ਕਿੰਨਾ ਟਾਈਮ ਹੋਰ ਲੱਗੂਗਾ ਬਸ ਦੋ ਕੁ ਬਹੁਤ ਰਹਿ ਗਏ ਕੱਢਦੇ ਹੋ ਗਿਆ ਕੰਮ ਬਾਈ ਹੋ ਗਿਆ ਵੈਰੀ ਗੁੱਡ ਯਾਰ ਇਹਨਾਂ ਦਾ ਫਿਰ ਉੱਠ ਫੜ ਲਈ ਇਹ ਸਭ ਪ੍ਰੈਸ ਅੱਲੀ ਨਾਲ ਵੀ ਉਹਨਾਂ ਦੇ ਕੰਪਲੈਕਸ ਤੇ ਨਾ ਮੇਰਾ ਭਰਾ ਇਹ ਗੱਲਾਂ ਪਿੱਛੇ ਪਿੱਛੇ ਲੜਾਈ ਉਹ ਮਾਮੇ ਪਤਾ ਹੀ ਕਹਿੰਦੇ ਕਹਿੰਦੇ ਮੁੱਕਰੀ ਗਏ ਇੱਥੇ ਬਰਫ਼ ਪੈਣ ਲੱਗ ਗਈ ਕਹਿੰਦੇ ਨਹੀਂ ਨਹੀਂ ਸਭ ਜਾਇਆ ਨਹੀਂ ਮੈਂ ਮੰਨ ਲਈ ਤੁਹਾਡੀ ਗੱਲ ਸੁੱਕ ਜੂਗਾ ਕੱਲ ਨੂੰ ਇੱਥੋਂ ਇੱਥੇ ਆ ਗਈ ਤੁਸੀਂ ਨਾ ਮੰਨੇ ਫਿਰ ਮੈਂ ਵੀਡੀਓ ਵੀ ਬਣਾ ਲਈ ਇੱਥੇ ਤਾਂ ਠੀਕ ਹੈ ਗੱਲ ਉਹ ਨਹੀਂ ਕੰਮ ਯਾਰ ਵੀ ਇੱਧਰ ਉੱਧਰ ਹੁੰਦਾ ਰਹਿੰਦਾ ਠੀਕ ਆ ਉੱਪਰ ਵੀ ਹੋ ਜੂ ਕੱਲ ਮੰਨਣਾ ਵੀ ਚਾਹੀਦਾ ਬੰਦੇ ਹਾਂ ਸਾਲ ਕੱਲ ਨੂੰ ਨਹੀਂ ਕਿਰੇ ਨਸ ਕੇ ਆਉਣੀ ਆ ਫਿਰ ਆ ਤਾਂ ਸੋ ਗਿਆ ਅਸੀਂ ਪਹਿਲਾਂ ਪੈਸੇ ਲਾ ਕੇ ਆਏ ਆ ਇਹੀ ਗੱਲੋਂ ਗੱਡੀ ਕਾਲੀ ਕਰਾ ਲਈ ਤੇ ਸਾਡਾ ਸ਼ੀਸ਼ਾ ਨਹੀਂ ਸਹੀ ਸੀਗਾ ਮੁੱਕਰ ਕੇ ਸਾਡੇ ਕਹਿੰਦੇ ਠੰਡ ਪੈਂਦੀ ਆ ਠੰਡਾ ਮੌਸਮ ਆ ਤਾਂ ਹਵਾ ਚੱਲਦੀ ਆ ਚਲੋ ਅਗਰ ਕੱਲ ਤੱਕ ਹੋ ਗਿਆ ਠੀਕ ਆ ਅਦਰਵਾਈਜ਼ ਫਿਰ ਲਿਆਵਾਂਗੇ ਹੈ ਬੈਠੇ ਨੇ ਰਾਨੀ ਜੇ ਸਾਰੇ ਉਹ ਤਿੰਨ ਚਾਰ ਦੁਕਾਨਾਂ ਇਕੱਠੀਆਂ ਨੇ ਲੋ ਵੀ ਫਿਲਮ ਆਪਾਂ ਕਰਾ ਲਈਏ ਦੁਬਾਰਾ ਰੁਪਈਏ ਤਾਂ ਸਾਡੇ ਪਹਿਲਾਂ ਵਾਲੇ ਖਰਾਬ ਹੋ ਗਏ ਨੇ ਤੇ ਇੱਥੇ ਐਂ ਵੀ ਤੁਸੀਂ ਕਿਸੇ ਨੂੰ ਬੋਲ ਨਹੀਂ ਸਕਦੇ ਕਿਸੇ ਨੂੰ ਵੀਡੀਓ 'ਚ ਨਹੀਂ ਮਿਸਟੇਕ ਸਾਡੀ ਕੀ ਹੋ ਗਈ ਉੱਤੇ ਕਰ ਕੈਮਰਾ ਅਸੀਂ ਬੈਲ ਨਹੀਂ ਲਿਆ ਉਹਨਾਂ ਤੋਂ ਇੱਥੇ ਕੀ ਉਹ ਜਿਹੜੇ ਖੜੇ ਹੁੰਦੇ ਨੇ ਚੱਲ ਕੀ ਬੈਲ ਲੈਣਾ ਦੇ ਤਾ ਜੇ ਅੱਜ ਬੈਲ ਲਿਆ ਹੁੰਦਾ ਉਹਨਾਂ ਦੀ ਮਾਂ ਭੈਣ ਕਰ ਦੇਣੀ ਸੀ ਹਾਂ ਇੱਦਾਂ ਹੁੰਦਾ ਬਸ ਬੈਲ ਲੈ ਲਿਆ ਕਰੋ ਬੈਲ ਹੈ ਨਹੀਂ ਸੀ ਤਾਂ ਉਹ ਬਚ ਗਿਆ ਜਦੋਂ ਈਜ਼ੀ ਆ ਈਜ਼ੀ ਵੇ ਆ ਅਗਰ ਤੁਹਾਡੇ ਨਾਲ ਕੋਈ ਵੀ ਦੁਕਾਨ ਤੇ ਸ਼ਾਪ ਤੇ ਕੁਛ ਵੀ ਆਲ ਓਵਰ ਦਾ ਵਰਲਡ ਕੁਛ ਵੀ ਹੁੰਦਾ ਤੇ ਅਗਰ ਤੁਹਾਡੇ ਤੁਸੀਂ ਕੰਮ ਕਰਵਾਇਆ ਕਿਸੇ ਸ਼ਾਪ ਤੋਂ ਨੋਟ ਓਨਲੀ ਕਾਰ ਕੋਈ ਵੀ ਚੀਜ਼ ਆ ਤੇ ਤੁਸੀਂ ਉਹ ਤੋਂ ਬਿੱਲ ਜ਼ਰੂਰ ਲਓ ਹੈ ਤੇ ਐਜ਼ ਯੂਜਲੀ ਆਪਾਂ ਲੋਕ ਰੈਂਡਮ ਕਹਿੰਦੇ ਯਾਰ ਫਿਲਮ ਹੀ ਕਰਾਈ ਆ ਚੱਲ ਠੀਕ ਆ ਦਿੱਤੇ ਪੈਸੇ ਨਿਕਲਦੇ ਜੀ ਮੋਸਟ ਆਫ ਆਪਾਂ ਬਿੱਲ ਨਹੀਂ ਲੈਂਦੇ ਉਹ ਜਦੋਂ ਆਪਾਂ ਬਿੱਲ ਨਹੀਂ ਲਿਆ ਜਦੋਂ ਅਸੀਂ ਅੱਗੇ ਕੰਜ਼ਿਊਮਰ ਕੋਰਟ ਦੇ ਵਿੱਚ ਕਾਲ ਕੀਤੀ ਕਿ ਬਈ ਸਾਡੇ ਨਾਲ ਆਹ ਚੀਜ਼ ਹੋਈ ਆ ਬੰਦੇ ਨੇ ਕੰਮ ਕੀਤਾ ਵਾ ਤੇ ਹੁਣ ਉਹ ਉਹਨਾਂ ਨੇ ਕੰਮ ਉਹ ਪਰਫੈਕਟ ਨਹੀਂ ਹੋਇਆ ਮਤਲਬ 80% ਕੰਮ ਖਰਾਬ ਸੀਗਾ ਹਨਾ ਤੇ ਹੁਣ ਉਹ ਮੁੱਕਰਦੇ ਨੇ ਉਹ ਰਿਪੇਅਰ ਕਰਨ ਨੂੰ ਐਗਰੀ ਨਹੀਂ ਹੋਏ ਤੇ ਉਹਨਾਂ ਨੇ ਅੱਗੇ ਇਹੀ ਸਵਾਲ ਪੁੱਛਿਆ ਵੀ ਤੁਹਾਡੇ ਕੋਲ ਬਿੱਲ ਰਸੀਦ ਹੈਗੀ ਆ ਅਵੇਲੇਬਲ ਆ ਤਾਂ ਅਸੀਂ ਕਿਹਾ ਭਾਈ ਸਾਡੇ ਕੋਲ ਰਸੀਦ ਨਹੀਂ ਸੀ ਜਿਹਦੇ ਕਰਕੇ ਕੋਰਟ ਕੇਸ ਫਾਈਲ ਨਹੀਂ ਕਰ ਸਕਦੇ ਆਪਾਂ ਕੰਪਲੇਂਟ ਫਾਈਲ ਨਹੀਂ ਕਰ ਸਕਦੇ ਕੰਪਲੇਂਟ ਫਾਈਲ ਕਰਾਉਣੀ ਹੁੰਦੀ ਹੈ ਅਗਰ ਤੁਸੀਂ ਸਹੀ ਹੋ ਜੈਨੂਨ ਹੋ ਔਰ ਤੁਹਾਡੇ ਨਾਲ ਧੱਕਾ ਹੋਇਆ ਜਾਂ ਕਿਸੇ ਸ਼ੋਪਕੀਪਰ ਨੇ ਜਾਂ ਕਿਸੇ ਸਟੋਰ ਵਾਲੇ ਨੇ ਧੱਕਾ ਕੀਤਾ ਜਾਂ ਤੁਹਾਨੂੰ ਠੱਗਿਆ ਤਾਂ ਇੱਥੇ ਰੂਲ ਬਹੁਤ ਵਧੀਆ ਨੇ ਅਤੇ ਐਕਸ਼ਨ ਲਿਆ ਜਾਂਦਾ ਵਾ ਤੁਹਾਡੇ ਪੱਖ ਦਾ ਫੈਸਲਾ ਵਾ ਅਗਰ ਤੁਸੀਂ ਜੈਨੂਨ ਹੋ ਔਰ ਅਗਰ ਤੁਸੀਂ ਸਹੀ ਹੋ ਸਹੀ ਕੰਪਲੇਂਟ ਦਾਇਰ ਕਰਵਾਈ ਆ ਹੈ ਨਾ ਜਮ੍ਹਾਂ ਕਰਵਾਈ ਆ
ਤਾਂ ਜੋ ਵੀ ਕੰਮ ਕਰਨਾ ਐਜ਼ ਏ ਐਵੀਡੈਂਸ ਪਤਾ ਨਹੀਂ ਕਦੋਂ ਕਿੱਥੇ ਲੋੜ ਪੈਣੀ ਆ ਤੁਹਾਡੇ ਕੋਲ ਸਲਿੱਪ ਉਹਨਾਂ ਦੀ ਰਸੀਦ ਲਾਜ਼ਮ ਹੋਣੀ ਚਾਹੀਦੀ ਆ ਠੀਕ ਹੈ ਜੀ ਤਾਂ ਕਰਕੇ ਸਾਨੂੰ ਇਹ ਐਕਸਟਰਾ ਕਰਨਾ ਪਿਆ ਗੁੱਸਾ ਤਾਂ ਸਾਡੇ 'ਚ ਵੀ ਮਤਲਬ ਆ ਜਾਂਦਾ ਅਤੇ ਲੇਕਿਨ ਉਹਨੂੰ ਕੰਟਰੋਲ ਕੀਤਾ ਕੀਤਾ ਵੀ ਠੀਕ ਆ ਅਤੇ ਮੈਂ ਨਾਮ ਵੀ ਨਹੀਂ ਲੈਣਾ ਚਾਹੁੰਦਾ ਇੱਕ ਗੱਡੀਆਂ ਦੇ ਜਿਹੜੇ ਮਕੈਨਿਕ ਆ ਸਾਰਿਆਂ ਨੂੰ ਨਹੀਂ ਕਹਿੰਦਾ ਮੈਂ ਲੇਕਿਨ ਮੋਸਟ ਆਫ ਗੱਡੀ ਦਾ ਕੋਈ ਵੀ ਕੰਮ ਆ ਇੰਟੀਰੀਅਰ ਦਾ ਐਕਸਟੀਰੀਅਰ ਦਾ ਟੈਂਟਿੰਗ ਦਾ ਜੋ ਵੀ ਆ ਇੰਜਨ ਦਾ ਥੋੜ੍ਹਾ ਯਾਰ ਅਗਰ ਤੁਹਾਨੂੰ ਨੌਲੇਜ ਆ ਕੋਈ ਭਰੋਸੇ ਵਾਲਾ ਬੰਦਾ ਪਲੀਜ਼ ਉਹਦੇ ਕੋਲ ਜਾ ਕੇ ਕੰਮ ਕਰਾਓ ਆਪਦਾ ਕਿਸੇ ਵੀ ਤਰ੍ਹਾਂ ਦਾ ਅਸੀਂ ਪਿਛਲੀਆਂ ਵੀਡੀਓ 'ਚ ਵੀ ਕਿਹਾ ਹੋਇਆ ਬਹੁਤ ਕੁਛ ਦੱਸਿਆ ਇਹਨਾਂ ਬਾਰੇ ਅਤੇ ਹੁਣ ਵੀ ਤੁਹਾਨੂੰ ਕਹਿ ਰਿਹਾ ਹੈ ਨਾ ਅਤੇ ਅਗਰ ਆਪਦੀ ਸੇਫਟੀ ਕਿਉਂਕਿ ਇੰਨੀ ਕੁ ਜ਼ਿਆਦਾ ਛਿੱਲ ਲਾਉਂਦੇ ਨੇ ਇਹ ਤੁਹਾਨੂੰ ਪਤਾ ਨਹੀਂ ਹੁੰਦਾ ਕੀ ਚੀਜ਼ ਖਰਾਬ ਹੈ ਕੀ ਹੈਗੀ ਹੈ ਕੀ ਨਹੀਂ ਫਿਰ ਇੱਥੇ ਉਹ ਚੀਜ਼ ਨੂੰ ਅਗਰ ਤੁਹਾਨੂੰ ਉਹ ਤੁਸੀਂ ਸੈਟਿਸਫਾਈ ਨਹੀਂ ਹੋਏ ਸੇਮ ਉਹੀ ਪ੍ਰੋਬਲਮ ਵਾਰ ਵਾਰ ਆ ਰਹੀ ਆ ਤਾਂ ਮੰਨਦੇ ਨਹੀਂ ਮੂਹਰਿਓਂ ਤੁਹਾਨੂੰ ਨਵਾਂ ਖਰਚਾ ਕੱਢ ਕੇ ਦੇ ਦੇਣਾ ਨਹੀਂ ਭਾਈ ਆਹ ਚੇਂਜ ਕਰਵਾਓ ਆਪਾਂ ਮਾਤੜ ਬੰਦੇ ਆਪਾਂ ਨੂੰ ਇੰਨਾ ਕੁਛ ਇਹਨਾਂ ਬਾਰੇ ਪਤਾ ਨਹੀਂ ਹੁੰਦਾ ਅਤੇ ਆਪਾਂ ਨੂੰ ਕਰਾਉਣਾ ਪੈਂਦਾ ਕਰਦੇ 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 ਭਾਈ ਤੁਸੀਂ ਇੰਨੇ ਇਰੀਟੇਟ ਹੋ ਜਾਂਦੇ ਹੋ ਕਿ ਯਾਰ ਚਲੋ ਮੇਰੀ ਗੱਡੀ ਖਰਾਬ ਆ ਭਾਈ ਹੈ ਨਾ ਇਹਨੂੰ ਹੀ ਕੁਛ ਕਰ ਲੈਂਦੇ ਹਾਂ ਜਾਂ ਵੇਚ ਦਿੰਦੇ ਹਾਂ ਜਾਂ ਕੱਢ ਦਿੰਦੇ ਹਾਂ ਹੈ ਨਾ ਇੱਦਾਂ ਅਤੇ ਆਹ ਚੀਜ਼ਾਂ ਨੇ ਇੱਥੇ ਹੁੰਦੀਆਂ ਮਤਲਬ ਲੋਕਾਂ ਨੇ ਇਸ ਵਕਤ ਇਹ ਮਾਹੌਲ ਬਣਿਆ ਹੋਇਆ ਵਾ ਮਿਲਦੇ ਆ ਫਿਰ ਇਹ ਮਾਹੌਲ ਬਣਿਆ ਹੋਇਆ ਲੋਕਾਂ ਦਾ ਕਿ ਤੁਹਾਡੀ ਜੇਬ ਦੇ ਵਿੱਚ ਪੈਸੇ ਕਿੰਨੇ ਆ ਫਟਾਫਟ ਅਸੀਂ ਕੱਢ ਲਈਏ ਰੁਕ ਜਾ ਗੱਡੀ ਆ ਰਹੀ ਆ ਅੱਛੀ ਗੱਲ ਨੀ ਹੈਗੀ ਕਿਉਂਕਿ ਇੱਥੇ ਰੂਲ ਬਹੁਤ ਸਖਤ ਨੇ ਤੇ ਹੋਪ ਤੁਸੀਂ ਸਮਝੋ ਹਨਾ ਵੀ ਮੈਂ ਗੱਲ ਕਿਹਦਾ ਬਾਰੇ ਕਰ ਰਿਹਾ ਹੁਣ ਅਸੀਂ ਲੱਭ ਕੇ ਪਾਕਿਸਤਾਨੀ ਮੁੰਡੇ ਇੱਥੇ ਆਪਾਂ ਅਸੀਂ ਗਏ ਅਸੀਂ ਸਪੈਸ਼ਲ ਵੀ ਪਤਾ ਲੱਗਿਆ ਵੀ ਹਾਂ ਯਾਰ ਪਾਕਿਸਤਾਨ ਦੇ ਨੇ ਆਪਣੇ ਅਤੇ ਮੈਂ ਕਿਹਾ ਚੱਲ ਇਹਨਾਂ ਤੋਂ ਕੰਮ ਕਰਾਉਂਦੇ ਹਾਂ ਇਹਦੇ ਕਮ ਸੇ ਕਮ ਜਵਾਨ ਦੇ ਤਾਂ ਖੜ੍ਹੇ ਹੋਣਗੇ ਨਾ ਪੱਕੇ ਤਾਂ ਹੈ ਅਗਰ ਕੰਮ ਖਰਾਬ ਹੋ ਗਿਆ ਇਹਨਾਂ ਕੋਲ ਆ ਕੇ ਦੁਬਾਰਾ ਉਹ ਕਹਿਣਗੇ ਹੁਣੀ ਕਹਿਣ ਲੱਗੇ ਸੀਗੇ ਬਾਈ ਅਗਰ ਕੋਈ ਛੋਟਾ ਮੋਟਾ ਨੁਕਸ ਹੋ ਗਿਆ ਤੁਸੀਂ ਦੁਬਾਰਾ ਆ ਜਾਇਓ ਅਸੀਂ ਜ਼ਰੂਰ ਕਰਾਂਗੇ ਅਸੀਂ ਮੁੱਕਰਦੇ ਨਹੀਂ ਠੀਕ ਹੈ ਨਾ ਇਹ ਚੀਜ਼ਾਂ ਹੁੰਦੀਆਂ ਤੂੰ ਕੀ ਕਹਿਣਾ ਚਾਹੁੰਦਾ ਮੈਂ ਕੱਲ੍ਹ ਜਦੋਂ ਗਿਆ ਉਹਨਾਂ ਦੇ ਬਾਈ ਮੇਰੇ ਉੱਪਰ ਥੱਲੇ ਹੋ ਗਏ ਮਤਲਬ ਅਸੀਂ ਬੋਲਣ ਚਾਹੁੰਦੇ ਵੀ ਸਾਰਾ ਕੁਛ ਚੱਕਦੇ ਹੁੰਦੇ ਨਾ ਲਟ ਗਿਆ ਸਮਾਨ ਸਾਰਾ ਹੀ ਚੱਕ ਲੈਂਦੇ ਆ ਫਿਰ ਜਦੋਂ ਇਹਨਾਂ ਨੂੰ ਕਸਟਮਰ ਉੱਥੇ ਆਉਂਦਾ ਪੰਜ ਜਾਣੇ ਚੁੰਬੜੇ ਗੱਡੀ ਨੂੰ ਪੰਜ ਜਾਣੇ ਜਿੰਨਾ ਰੇਟ ਕੀਤਾ ਉਹ ਰੁਪਈਏ ਦੇ ਦਿੱਤੇ ਠੀਕ ਆ ਇੰਨੇ ਰੁਪਏ ਉਹਨੇ ਦੇ ਦਿੱਤੇ ਕੋਈ ਉਹ ਨਹੀਂ ਗੇ ਘਟਾਉਂਦੇ ਤਾਂ ਹੈ ਹੀ ਨਹੀਂ ਇੱਥੇ ਕੋਈ ਠੀਕ ਆ ਤੇ ਉਹ ਦੇ ਦਿੱਤਾ ਤੇ ਅੱਜ ਵਾਪਸ ਗਏ ਆ ਤਾਂ ਤੁਸੀਂ ਸੁਣ ਵੀ ਕਿਉਂ ਨਹੀਂ ਰਹੇ ਆ ਸ਼ੀਸ਼ਾ ਲਾ ਲਾ ਉਹ ਹੱਦ ਹੋ ਗਈ ਹੈ ਹਨਾ ਲਾਈਟ ਖਰਾਬ ਹੋ ਗਈ ਏਦਾਂ ਵਾ ਗੱਲ ਯਾਰ ਇੱਥੋਂ ਦੇ ਨਾ ਕਈ ਵਾਰ ਤਾਂ ਅਸੀਂ ਅੱਕਦੇ ਜਾਂਦੇ ਨਹੀਂ ਗੇ ਵੀ ਨਹੀਂ ਯਾਰ ਉੱਥੇ ਇਹੀ ਕੁਛ ਹੋਣਾ ਵਾ ਇਹੀ ਕੰਮ ਹੋਣੇ ਆ ਜਾ ਕੇ ਕੋਈ ਫਾਇਦਾ ਨਹੀਂ ਗਾ ਤਾਂ ਅਸੀਂ ਜਾਂਦੇ ਨਹੀਂ ਕਈ ਵਾਰ ਬਟ ਬੜੀ ਫੁੱਦੂ ਗੱਲ ਆ ਲੋਕਾਂ ਦੀ ਪੈਸੇ ਵੀ ਲੈ ਲੈਂਦੇ ਆ ਕੰਮ ਵੀ ਨਹੀਂ ਕਰਦੇ ਮੁੱਕਰ ਵੀ ਜਾਂਦੇ ਆ ਹਜ਼ਮ ਪਤਾ ਨਹੀਂ ਕਿਵੇਂ ਆਉਂਦੇ ਉਹਨਾਂ ਦੇ ਯਾਰ ਕੀ ਨਿਕਲਦਾ ਬਾਈ ਕੁਛ ਨਹੀਂ ਕਿਸੇ ਦਾ ਨਿਕਲਦਾ ਬਾਈ ਤੇਰੇ ਤੂੰ ਦੋ ਨੰਬਰੀ ਪੈਸਾ ਕਮਾਉਣਾ ਜਾਂ ਤੂੰ ਧੱਕੇ ਨਾਲ ਪੈਸਾ ਕਿਸੇ ਦਾ ਖੋਇਆ ਜਾਂ ਕਮਾਇਆ ਤੇਰਾ ਨਿਕਲੂਗਾ ਤੈਨੂੰ ਰੱਬ ਦੇਖੂਗਾ ਤੈਨੂੰ ਤੇਰੇ ਇਹ ਜਵਾਕਾਂ ਤਰ੍ਹਾਂ ਹੀ ਨਿਕਲੂ ਕਿਸੇ ਦਾ ਕੁਛ ਨਹੀਂ ਨਿਕਲਦਾ ਲੋਕੀ ਰਾਜ਼ੀ ਹੁੰਦੇ ਨੇ ਇਹੋ ਜਿਹਾ ਕੁਛ ਕਰਕੇ ਭਾਈ ਸਹੀ ਹੈ ਨਾ ਹਾਂ ਮੈਂ ਤਾਂ ਜਿਹੜੇ ਜਿਹੜੇ ਦੱਸੋ ਮੈਨੂੰ ਉਂਗਲ ਧਰੋ ਜਿਹੜੇ ਜਿਹਨੇ ਦੋ ਨੰਬਰੀ ਸ਼ਰਿਆਮ ਕੀਤੀ ਹੈ ਤੇ ਸ਼ਰਿਆਮ ਲੋਕਾਂ ਨਾਲ ਧੱਕਾ ਕਰਕੇ ਲੱਖਾਂ ਕਰੋੜਾਂ ਪਤੀ ਬਣ ਗਏ ਨੇ ਅਗਲੇ ਤੇ ਸਟਿਲ 90-99 ਸਾਲ ਦੇ ਹੋ ਕੇ ਮਰੇ ਨੇ ਆਪਦੀ ਜ਼ਿੰਦਗੀ ਐਨ ਚੰਗੀ ਤਰ੍ਹਾਂ ਭੁਗਤ ਕੇ ਹੈਂ ਮਰਦਾ ਤਾਂ ਤੇਰੇ ਮੇਰੇ ਵਰਗਾ ਗਰੀਬ ਆ ਹੈਂ ਜਿਹਨਾਂ ਜਿਹਦੀ ਜੇਬ 'ਚ ਪੈਸਾ ਨਹੀਂ ਪੈਸਾ ਸਾਰਾ ਕੁਛ ਪੈਸਾ ਹੀ ਅੱਜ ਕੱਲ੍ਹ ਜੇਬ 'ਚ ਪੈਸਾ ਤੇਰਾ ਇਲਾਜ ਵੀ ਹੋਜੂ ਹੈਨਾ ਜਿੱਡੀ ਮਰਜ਼ੀ ਬਿਮਾਰੀ ਲੈ ਕੇ ਤੂੰ ਬੈਠਾ ਤਾਂ ਜਿਹੜਾ ਇਲਾਜ ਸਾਰੇ ਪਏ ਨੇ ਅਗਲੇ ਉਹ ਫਲੈਟਾਂ ਫੜਦੇ ਆ ਅਮੈਰੀਕਾ ਪਹੁੰਚ ਜਾਂਦੇ ਆ ਹੈਂ ਦੁਨੀਆਂ ਦੇ ਟੌਪ ਵਰਲਡ ਕਲਾਸ ਹਸਪਤਾਲਾਂ 'ਚੋਂ ਤੇ ਕੀ ਮੈਟ ਕੱਢ ਕੇ ਬਾਹਰ ਪਾ ਦੇ ਪਾਣੀ ਜਿਹਾ ਖਤਮ ਹੋ ਗਿਆ ਜਾਂ ਉਹ ਪਾਣੀ ਡੁੱਲ ਗਿਆ ਉਹਦੀਆਂ ਦੀ ਬੋਤਲ ਫਟ ਗਈ ਅਤੇ ਸਮੈਲ ਆਉਣੀ ਆ ਅਤੇ ਹੁਣ ਕੱਢ ਕੇ ਬਾਹਰ ਪਾਉਂਦਾ ਹਾਂ ਇੱਥੇ ਰੱਖ ਦੇ ਬਾਅਦ 'ਚ ਝਾੜ ਕੇ ਪਾ ਲਈ ਜਾਂ ਹਵਾ ਜੀ ਲੱਗ ਜੂਗੀ ਅਤੇ ਤੈਨੂੰ ਉਹ ਪਲਾਸਟਿਕ ਤਾਂ ਰੱਖਣਾ ਹੀ ਪੈਣਾ ਛੋਟੇ ਦਸਤਰਖਾਨ ਜਿਹੜਾ ਹੁੰਦਾ ਨਾ
ਉਹ ਰੱਖ ਦੀ ਥੱਲੇ ਤਾਂ ਜੋ ਕੋਈ ਸਮਾਨ ਰੱਖੇਗਾ ਤਾਂ ਗਿੱਲਾ ਨਹੀਂ ਹੋ। ਚੱਲ ਆ ਜਾ ਜਲਦੀ, ਲੱਚ ਗੜੀਚੀਆਂ ਬੰਦ ਕਰ। ਅਤੇ ਆਹ ਸਟੋਰੀ ਸੀ ਯਾਰ ਅੱਜ ਦੀ ਸਾਰੀ, ਜੋ ਜੋ ਐਕਸਪੀਰੀਅੰਸ ਹੁੰਦਾ ਸਾਡੇ ਨਾਲ ਅਸੀਂ ਉਹ ਮਤਲਬ ਸ਼ੇਅਰ ਕਰਦੇ ਆਉਂਦੇ ਹਾਂ ਤੁਹਾਡੇ ਨਾਲ। ਸਾਨੂੰ ਪਤਾ ਹੁੰਦਾ ਜਿਹੜੀ ਮਾਰਕੀਟ 'ਚ ਜਾਂਦੇ ਹਾਂ ਵੀ ਇਹ ਮਾਰਕੀਟ ਆ, ਇੱਥੇ ਐਦੇ ਹੋਣ ਦੇ ਚਾਂਸ ਆ। ਸਾਨੂੰ ਕੱਲ੍ਹ ਵੀ ਪਤਾ ਸੀ ਇਹ ਜਿਹੜੀ ਮਾਰਕੀਟ ਆ ਇੱਦਾਂ ਦੀ, ਬਟ ਹੋਰ ਕਿਤੇ ਮਿਲਦੀ ਨਹੀਂ। ਹਾਂ ਸਹੀ ਗੱਲ, ਕੁਛ ਕੁ ਕੰਮ ਇਹੋ ਜਿਹੇ ਆ ਹੈ ਨਾ, ਮਕੈਨਿਕ ਹੋ ਗਏ ਜਾਂ ਆਹ ਫਿਲਮ ਫੁਲਮ ਹੋ ਗਈ, ਤੁਹਾਨੂੰ ਇਹੀ ਬੰਦੇ ਮਿਲਣੇ ਆ ਜ਼ਿਆਦਾ। ਹਾਂ ਇਹੀ ਬੰਦੇ ਜ਼ਿਆਦਾ ਮਿਲਦੇ ਤੁਹਾਨੂੰ, ਤੁਸੀਂ ਚਾਰ ਦਿਨ ਵਿਦਆਊਟ ਬਿਲਿੰਗ ਵਾਲੇ। ਹਾਂ ਜ਼ਿਆਦਾ ਇਹੀ ਮਿਲਣੇ ਆ, ਤਾਂ ਕਰਕੇ ਇਹਨਾਂ ਕੋਲ ਫਸਣਾ ਹੀ ਪੈਂਦਾ। ਫਸਣਾ ਪੈਂਦਾ, ਕੋਈ ਆਪਸ਼ਨ ਹੈ ਨਹੀਂ, ਲੇਕਿਨ ਫਿਰ ਵੀ ਟਮਾਟਰ ਲਾ ਕੇ ਤੁਹਾਨੂੰ ਕੋਈ ਜਾਣਦਾ, ਸਮਝ ਗਿਆ, ਅਗਰ ਤੁਹਾਨੂੰ ਕੋਈ ਜਾਣਦਾ ਤੁਹਾਡਾ ਕੋਈ ਯਾਰ ਮਿੱਤਰ ਹੈਗਾ ਤਾਂ ਉਹਨੂੰ ਇੱਕ ਟਰਸਟੇਬਲ ਬੰਦਾ ਬਣਾਓ, ਮਤਲਬ ਉਹਦੇ ਕੋਲ ਜਾਓ ਰੈਗੂਲਰਲੀ ਤਾਂ ਜੋ ਤੁਸੀਂ ਠੱਗਗਿਰੀ ਤੋਂ ਬਚ ਸਕੋ। ਬਸ ਇੰਨਾ ਹੀ ਕਹਿਣਾ ਚਾਹੁੰਦੇ ਹਾਂ। ਇੱਥੇ ਭਾਈ ਮਤਲਬ ਦੁਬਈ ਦੇ ਵਿੱਚ ਰੂਲ ਰੈਗੂਲੇਸ਼ਨ ਬਹੁਤ ਤਕੜੇ ਨੇ, ਵਧੀਆ ਨੇ, ਲੇਕਿਨ ਜਿਹੜੇ ਵਿੱਚ ਵਿੱਚ ਠੱਗ ਆ ਸਕੈਮਰ ਬੈਠੇ ਨੇ ਉਹ ਵੀ ਭਰੇ ਪਏ ਨੇ, ਸਮਝ ਗਏ। ਤੁਹਾਡਾ ਆਪਦਾ ਪੈਸਾ ਉਹਨੂੰ 10 ਵਾਰੀ ਸੋਚੋ ਲੋਨ ਕਰਨ ਤੋਂ ਪਹਿਲਾਂ ਤਾਂ ਜੋ ਸਹੀ ਟਿਕਾਣੇ ਜਾ ਲੱਗੇ। ਔਰ ਤੁਹਾਨੂੰ ਪੈਸੇ ਲਾਏ ਤਾਂ ਦੁੱਖ ਨਹੀਂ ਹੁੰਦਾ, ਲੇਕਿਨ ਜੋ ਜਿਹਤੇ ਤੁਸੀਂ ਚੀਜ਼ ਲਾਈ ਆ ਉਹ ਤੁਹਾਨੂੰ ਪ੍ਰੋਪਰ ਮਿਲ ਜੇ, ਸਮਝ ਗਏ। ਚਲੋ ਜੀ ਅਸੀਂ ਹੁਣ ਆ ਗਏ ਘਰੇ, ਤੁਹਾਨੂੰ ਮਿਲਦੇ ਫਿਰ ਬਾਅਦ 'ਚ। ਵੈਲਕਮ ਬੈਕ, ਵੈਲਕਮ ਬੈਕ। ਅੱਛਾ ਜੀ ਆਪਾਂ ਉੱਧਰ ਦੀ ਯੂਟਰਨ ਲੈ ਲਾਂਗੇ ਪਿੱਛੇ, ਠੀਕ ਆ। ਹਾਂ ਉੱਥੋਂ ਹੀ ਲੈ ਲਈ, ਟਿੰਨ ਟਿੰਨ ਜੀ ਕਰਵਾ ਲਈ, ਫਿਲਮ ਕਰਾ ਕੇ ਆਪਾਂ ਘਰੇ ਆ ਗਏ, ਫਰੈਸ਼ ਹੋ ਗਏ। ਫਰੈਸ਼ ਹੋਣ ਤੋਂ ਬਾਅਦ ਹੁਣ ਆਪਾਂ ਜਾ ਰਹੇ ਹਾਂ ਜਵਾਕਾਂ ਲੈ ਕੇ, ਇਹਨਾਂ ਨੇ ਕੁਛ ਸ਼ੋਪਿੰਗ ਕੁਛ ਵੀ ਕੋਈ ਵੀ, ਇੱਕ ਆਈਟਮ ਆਪੂ ਤੇ ਇੱਕ ਆਈਟਮ ਫੋਰ ਜ਼ਾਕੀ, ਹੈ ਨਾ, ਉਹ ਚੀਜ਼ਾਂ ਨੂੰ ਅਸੀਂ ਲੈਣ ਚੱਲੇ ਹਾਂ। ਜਵਾਕਾਂ ਦੇ ਟੋਏ ਸ਼ੋਏ ਇੱਦਾਂ ਗੱਲਬਾਤ ਕੀ ਲੈਣਾ ਬੇਟਾ, ਸਟੇਸ਼ਨਰੀ, ਓਕੇ ਤੂੰ ਸਟੇਸ਼ਨਰੀ ਲੈ, ਤੂੰ ਸਟਿਲ ਕਿੱਡੀ ਆ ਪੁੱਤ, ਓਕੇ। ਅਤੇ ਹੁਣ ਆਪਾਂ ਚੱਲਦੇ ਹਾਂ ਉੱਥੇ ਜਵਾਕਾਂ ਨੂੰ ਸ਼ੋਪਿੰਗ ਕਰਾ ਲਈਏ, ਹੈ ਕਿ ਨਹੀਂ, ਮਿਲਦੇ ਹਾਂ ਤੁਹਾਨੂੰ। ਬਸ ਯਾਰ ਗੱਡੀ ਦਾ ਨਾ ਪਿੱਛੋਂ ਆਹ ਡਿੱਗੀ ਵਾਲਾ ਕੱਪੜਾ ਜਿਹਾ ਗਿੱਲਾ ਹੋ ਗਿਆ ਸੀ, ਮੈਂ ਤਾਂ ਸੁੱਕਣੇ ਪਾ ਕੇ ਗਿਆ, ਇੱਧਰ ਇਹ ਘਰ ਬਣਾਈ ਬੈਠੀਆਂ ਨੇ, ਸੁੱਤੀ ਪਈ ਆ ਮਜ਼ੇ ਨਾ। ਤੂੰ ਹੋਰ ਗੰਦਾ ਕਰਦੇ, ਕੋਈ ਕਿਊਟ ਨਹੀਂ, ਚੱਲ ਉੱਠ, ਕਿਊਟ ਨਹੀਂ ਇਹਨੇ ਪੋਟੀ ਕਰਤੀ, ਫਿਰ ਬਹੁਤ ਸਮੇਂ ਲਾਓ, ਚੱਲ ਚੱਲ ਕੀ ਲੈਣ ਗਿਆ ਸੀ ਯਾਰ ਤੂੰ, ਆਪਾਂ ਬੈਠੇ ਸੀ, ਹਾਂ ਜ਼ਾਕੀ ਰੋਇਆ, ਹਾਂ ਮੈਨੂੰ ਟੋਏ ਲੈ ਕੇ ਦੋ, ਹਾਂ ਸਿਰਫ ਇੱਕ ਟੋਏ ਲੈਣੇ ਸੀ ਥੱਲੇ। ਕਿੰਨੇ ਕੁ ਦਾ ਸੀ, 10 ਦਰਾਮ ਦੀ ਡੀਲ, 20 ਦਾ ਲਾ ਲਓ, 10 ਦਾ ਉਹਨੂੰ ਕਿਹਾ ਸੀ, 10-12 ਦਾ ਇਹਨੂੰ ਕਿਹਾ ਸੀ, 20 ਦਾ, ਹਾਂ ਇਹਦਾ ਐਂ ਮਤਲਬ ਟੋਟਲ ਅਗਰ ਕਹਿ 40 'ਚ ਨਿਬੇੜ ਦੇਣੇ ਸੀ, ਹਾਂ ਹੈ ਨਾ, ਹਾਂ। ਅਤੇ ਇੱਕ ਆਪਾਂ ਇੱਕ ਵੀਡੀਓ ਦੇਖੀ ਸੀ ਨਾ, $5 ਦੇ ਜਾਣ ਲੱਗੇ ਬਾਈ ਨੇ ਕਹਿਤਾ ਭਾਬੀ ਨੂੰ, ਅਤੇ ਫਿਰ ਪਿੱਛੋਂ ਮੈਸੇਜ ਆਇਆ, ਮੈਸੇਜ ਆਇਆ ਇੱਕ ਵਟਸਐਪ 'ਤੇ, ਹਾਂ ਜਦੋਂ ਵਟਸਐਪ 'ਤੇ ਮੈਸੇਜ ਆਇਆ ਫਿਰ ਮਤਲਬ ਜਜ਼ਬਾਤ ਬਦਲ ਗਏ, ਹਾਲਾਤ ਬਦਲ ਗਏ, ਹਾਲਾਤ ਬਦਲ ਗਏ। ਉਹ ਸਾਲਾ 40 ਦਰਾਮ 20 ਦਰਾਮ ਤੋਂ ਕਦੋਂ 250 ਹੋ ਗਿਆ, ਹੈ ਇੱਕ ਬੈਗ ਉਹਦਾ ਸਿਰਫ ਹੈ ਕੁਛ ਨਹੀਂ, ਇੱਕ ਕੌਫੀ ਦਾ ਵਿੱਚ ਉਹ ਡੱਬਾ ਅਤੇ ਬਾਕੀ ਇਹਨਾਂ ਦੇ ਟੋਏ ਸ਼ੋਏ ਜੇ, ਅਤੇ ਜਿਹੜੇ ਉਹ ਬਾਅਦ 'ਚੋਂ ਲਿਸਟ ਆਈ ਹੈ ਨਾ। 5 ਦਰਾਮਾਂ 10 ਦਰਾਮਾਂ ਤੋਂ 250 ਕਦੋਂ ਹੋ ਜਾਂਦਾ, ਜਾਣੀ ਕਿ ਉਹ ਵੀਡੀਓ ਸਹੀ ਬਣਦੀ ਆ ਨਾ, ਇੱਕ ਆਸਟ੍ਰੇਲੀਆ ਵਾਲੇ ਨੇ ਹੁਣੇ ਰੀਸੈਂਟਲੀ ਬਣਾਈ ਹੈ, 5 ਦਰਾਮ ਦਾ ਪਿਆਜ਼ ਲੈਣ ਜਾਂਦਾ, ਪਿਆਜ਼ ਲੈਣ ਜਾਂਦਾ ਇਹ ਹਾਲਾਤ ਨੇ।